जी मैं तुहाडा इन्ना कु फैन आला मेरे दो दिल ने एक दे विच मेरे मां बाप ते एक दे विच दूसरे आला सब तो ज्यादा अच्छा ना मेनू सिद्ध मसल लगदा है हौ गालियां ने रातां रातां च हनेरा हनेरियां च गड्डी ते गड्डी च यार तेरा बिल्लो स्कूल आला ते नहीं तां पर मैं स्कूल आऊं तो बड़ा तां मैं थानू पिंड मूसे दी सैर करावांगा पाकिस्तान मेरे कोल मिलना लिमोजीन दे विच बैठ के जावांगा गाजियां बाजियां दे नाल हार पावांगा पैसियां दा हजार दा 100-100 डॉलर दा 100-100 डॉलर दा हार पावांगा तेरा नाम की है मेरा पंजाबी दे विच तुसी मेनू बुलाना चाहंदे हो ते मेरा नाम है केर सिंह और तेरे पापा दा की नाम मेरे पापा दा नाम असल ते वे क्लीमुला और नकल नकल नहीं नकल नहीं वो पंजाबी वाला नाम पंजाबी वाला नाम केड़ा सी दयाल सिंह सी ते उन्होंने मेरा नाम आ पाया केर सिंह तेरा नाम पाया तेरा वैसे इथे तू कागजां दे विच केड़ा नाम लिखदा हमजा हमजा तेरे दोनों नाम बहुत सोहने हैं तीनों ही तीसरा केड़ा आफताब तीनों ही नाम बहुत सोहने तू हैगा भी आफताब वर्गा तेरा नाम केर सिंह क्यों रखिया तेरे घर वाले पापा ने रखिया पापा नु सिख बड़े पसंद ने ता करके तेरा नाम केर सिंह रखे ते तू इनु की समझदा है कि यार मेरा नाम केर सिंह है तू राजी है इस गल ते मेनु बड़ा फखर हुंदा कि मैं केर सिंह लोग मेनु बुलांदे ने अच्छा वेरी गुड जबरदस्त केड़ा पिंड है तेरा उथे साडा उथे जिला जलंधर है ते डाला परिवार ਅਸਲੇ ਕੁਛ ਤੇ ਰਹਿੰਦੇ ਸੀ ਫਿਰ ਕੀ ਹੋਇਆ ਜਦੋਂ ਆ ਜਾੜੇ ਪਏ ਉਦੋਂ ਬਸ ਕੰਮ ਖਰਾਬ ਹੋ ਗਿਆ ਅੱਛਾ ਤੇ ਉਜਾੜੇ 'ਚ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਮੰਮੀ ਪਾਪਾ ਨੇ ਦੱਸਿਆ ਕਿ ਨਹੀਂ ਨੁਕਸਾਨ ਤਾਂ ਕਿ ਇੰਨੇ ਖੂਨ ਖਰਾਬੇ ਹੋਏ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਤਾਂ ਨਹੀਂ ਚਾਹੀਦਾ ਪਰ ਹੋ ਗਿਆ ਮਾੜਾ ਹੋਇਆ ਨਾ ਤੇ ਹੁਣ ਕੀ ਤੂੰ ਕੀ ਸੋਚਦਾ ਹੈ ਕਿ ਦੋਵਾਂ ਮੁਲਕਾਂ ਨੂੰ ਇੰਜ ਲੜਨਾ ਚਾਹੀਦਾ ਕਿ ਨਹੀਂ ਬਿਲਕੁਲ ਨਹੀਂ ਲੜਨਾ ਚਾਹੀਦਾ ਭੜਾ ਭੜਾ ਬਣ ਕੇ ਰਹਿਣਾ ਚਾਹੀਦਾ ਤੇ ਤੇਰਾ ਕੀ ਖਿਆਲ ਹੈ ਜਦੋਂ ਤੂੰ ਵੱਡਾ ਹੋਏਗਾ ਨਹੀਂ ਵੱਡਾ ਤੇ ਵੈਸੇ ਤੂੰ ਹੈਗਾ ਜਿੱਦਾਂ ਮੈਂ ਤੇਰੀ ਗੱਲਾਂ ਸੁਣ ਰਿਹਾ ਤੇ ਤੂੰ ਉੱਥੇ ਚੱਕਰ ਲਾਏਗਾ ਮਨਸੂਰਪੁਰ ਵਡਾਲਾ ਜਲੰਧਰ ਜਾਏਗਾ ਕਿ ਨਹੀਂ ਜੀ ਮੈਨੂੰ ਤੁਸੀਂ ਮੈਂ ਤਾਂ ਕਹਿੰਦਾ ਮੈਨੂੰ ਉੱਡ ਕੇ ਹੀ ਲੈ ਜਾਓ ਮੈਨੂੰ ਨਾ ਕੋਈ ਉੱਥੇ ਨਾ ਖਿੱਚ ਕੇ ਲੈ ਖਿੱਚ ਕੇ ਲੈ ਜਾਵੇ ਫਿਰ ਵਾਪਸ ਆਏਗਾ ਜਾਂ ਉੱਥੇ ਹੀ ਰਹੇਗਾ ਮੈਂ ਉੱਥੇ ਮਹੀਨਾ ਕਰਵਾਉਂਗਾ ਮਹੀਨਾ ਕਰਾਂਗਾ ਅੱਛਾ ਤੈਨੂੰ ਚੜ੍ਹਦੇ ਪਾਸੇ ਵਾਲਾ ਕਿਹੜਾ ਸਿੰਗਰ ਚੰਗਾ ਲੱਗਦਾ ਮੈਨੂੰ ਉੱਥੇ ਤੇ ਚੜ੍ਹਦੇ ਪਾਸੇ ਵਾਲਾ ਨੂੰ ਪਾਕਿਸਤਾਨ ਦੇ ਇੰਡੀਆ ਦੇ ਅਮਰੀਕਾ ਦੇ ਸਾਰੇ ਪੂਰੀ ਦੁਨੀਆ ਦੇ ਸਿੰਗਰਾਂ ਤੋਂ ਸਭ ਤੋਂ ਜ਼ਿਆਦਾ ਅੱਛਾ ਨਾ ਮੈਨੂੰ ਸਿੱਧੂ ਮੂਸੇ ਲੱਗਦਾ ਇਲਾ ਕਿ ਸਿੱਧੂ ਮੂਸੇ ਸਿੱਧੂ ਮੂਸੇ ਵਾਲਾ ਨੂੰ ਲਾਇਕ ਕਰਦਾ ਉਹ ਤਾਂ ਕੋਈ ਗਾਣਾ ਗੁਣਾ ਵੀ ਆਂਦਾ ਹੈ ਗਾਣਾ ਜੀ ਜਿੰਨੇ ਮਰਜ਼ੀ ਤੁਸੀਂ ਇੱਕ ਸੁਣਾ ਯਾਰ ਗਾਣਾ ਤੇ ਕੋਈ ਸੁਣਾ ਦੇ ਹਉ ਗਾਲੀਆਂ ਨੇ ਰਾਤਾਂ ਰਾਤਾਂ 'ਚ ਹਨੇਰਾ ਹਨੇਰਿਆਂ 'ਚ ਗੱਡੀ ਤੇ ਗੱਡੀ 'ਚ ਯਾਰ ਤੇਰਾ ਬਿੱਲੋ ਗੱਡੀ 'ਚ ਯਾਰ ਤੇਰਾ ਬਿੱਲੋ ਜਾਂਦਾ ਛੁੱਕਦਾ ਉਹ ਚੁੱਪ ਕਰ ਸਟੈਣ ਨਹੀਂ ਬਿੱਲੋ ਅੱਛਾ ਸਿੱਧੂ ਮੂਸੇਵਾਲੇ ਨੂੰ ਮਿਲਣਾ ਚਾਹੁੰਦਾ ਜੀ ਮੈਂ ਅਜਾ ਇੰਟਰਵਿਊ ਦਿੱਤਾ ਨਾ ਇਹਦੇ ਦੂਜਾ ਹਿੱਸਾ ਮੇਰਾ ਸਿੱਧੂ ਮੂਸੇਵਾਲਾ ਹੈ ਦੂਜਾ ਹਿੱਸਾ ਤੇਰਾ ਸਿੱਧੂ ਮੂਸੇਵਾਲਾ ਹਾਂਜੀ ਉਹਨੂੰ ਮਿਲਣ ਜਾਣਾ ਜੀ ਤੁਸੀਂ ਨਾ ਮੈਨੂੰ ਬਸ ਆ ਟਿਕਟ ਦੇ ਪੈਸੇ ਸਭ ਕੁਝ ਮੈਂ ਦੇਣਾ ਬਸ ਨਾ ਤੁਸੀਂ ਮੈਨੂੰ ਨਾ ਉਹਦਾ ਟਿਕਾਣਾ ਦੱਸ ਦਿਓ ਮੈਂ ਉੱਥੇ ਜਾ ਸਿੱਧੂ ਮੂਸੇਵਾਲੇ ਕੋਲ ਪਹੁੰਚ ਜਾਏਗਾ ਹਾਂ ਇਹ ਤੁਸੀਂ ਲੈ ਜਾਓ ਸਤਿ ਸ੍ਰੀ ਅਕਾਲ ਮੇਰਾ ਫੇਵਰਿਟ ਸਿੰਗਰ ਤੁਸੀਂ ਹੋ ਕੌਣ ਸਿੱਧੂ ਮੂਸੇਵਾਲਾ ਠੀਕ ਹੋ ਤੇ ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ ਮੈਂ ਮੈਨੂੰ ਬੜੀ ਖੁਸ਼ੀ ਹੋਏਗੀ ਜੇ ਮੈਂ ਤੁਹਾਡੇ ਨਾਲ ਮਿਲਾਂਗਾ ਮੈਂ ਤੁਹਾਡੇ ਸੌਂਗ ਤੁਹਾਡੇ ਤੁਹਾਡੇ ਕੋਲ ਬੈ ਕੇ ਸੁਣਨਾ ਚਾਹੁੰਦਾ ਵਾਂ
ਜਿਹੜੇ ਮੈਂ ਲੈਪਟਾਪ ਤੇ ਮੋਬਾਈਲ ਤੇ ਵੇਖੇ ਨੇ ਉਹਨਾਂ ਮੈਨੂੰ ਤੂੰ ਫੈਨ ਹੈ ਉਹਦਾ ਜੀ ਬਿਲਕੁਲ ਫੈਨ ਆ ਜਿਹੜੇ ਮੇਰੇ ਸਿੰਗਰ ਸਿੱਧੂ ਮੂਸੇਵਾਲੇ ਨੇ ਨਾ ਉਹਨਾਂ ਨਾਲ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਗਾਣੇ ਤੁਸੀਂ ਗਾਉਂਦੇ ਹੋ ਇਹਨਾਂ ਵਿੱਚ ਥੋੜ੍ਹੇ ਥੋੜ੍ਹੇ ਤੁਸੀਂ ਲਫ਼ਜ਼ ਇੰਨੇ ਪਿਆਰੇ ਗਾ ਦਿੰਦੇ ਹੋ ਕਿ ਬੰਦੇ ਦਾ ਦਿਲ ਜੇ ਟੁੱਟਿਆ ਵੀ ਹੋਵੇ ਨਾ ਤੇ ਉਹ ਜੁੜ ਜਾਂਦਾ ਤੁਸੀਂ ਪਾਕਿਸਤਾਨ ਨਾ ਹੋ ਮੈਂ ਤੁਹਾਡੇ ਵਾਸਤੇ ਟਿੱਕਾ ਬੋਟੀ ਸ਼ਵਾਰਮਾ ਸਿੰਗਲ ਬਰਗਰ ਪੀਜ਼ਾ ਸ਼ਾਮਨਾ ਬਿਰਿਆਨੀ ਪਲਾਉ ਲੱਸੀ ਸ਼ੱਕਰ ਲੱਡੂ ਗੋੜ ਪੇੜੇ ਮਠਿਆਈ ਬਰਫੀ ਤੁਹਾਡੇ ਵਾਸਤੇ ਇੱਥੋਂ ਮੋਟੀ ਚੂੜ ਦਾ ਲੱਡੂ ਮੈਂ ਤੁਹਾਡੇ ਵਾਸਤੇ ਲੈਵਾਂਗਾ ਜੇ ਤੁਸੀਂ ਮੇਰੇ ਪਾਕਿਸਤਾਨ ਮੇਰੇ ਕੋਲ ਮਿਲਣਾ ਤੇ ਮੈਂ ਤੁਹਾਨੂੰ ਆਪਣਾ ਪਤਾ ਦੱਸ ਦਿੰਦਾ ਵਤਨ ਮੇਰਾ ਪਾਕਿਸਤਾਨ ਸਾਡਾ ਜਿਹੜਾ ਜ਼ਿਲ੍ਹਾ ਗੁਜਰਾਂਵਾਲਾ ਹੈ ਤੇ ਮੇਰਾ ਜਿਹੜਾ ਪਿੰਡ ਹੈ ਨਾ ਉਹ ਚਹਿਲ ਕਲਾਂ ਹੈ ਤੁਸੀਂ ਉੱਥੇ ਆਓ ਤੇ ਮੈਂ ਤੁਹਾਨੂੰ ਜਿਹੜਾ ਤੁਸੀਂ ਲੱਖਾਂ ਲਾ ਕੇ ਵੀ ਇੰਜ ਦਾ ਖਾਣਾ ਉੱਥੇ ਨਹੀਂ ਨਾ ਖਾ ਸਕੋਗੇ ਇੱਥੇ ਮੈਂ ਤੁਹਾਨੂੰ ਸਿਰਫ 10,000 ਦੇ ਵਿੱਚ ਖਵਾ ਦਾਂ ਮੈਂ ਤੁਹਾਨੂੰ ਪਿੰਡ ਮੂਸੇ ਦੀ ਸੈਰ ਕਰਾਵਾਂਗਾ ਤੇ ਮੈਂ ਤੁਹਾਨੂੰ ਮੂਸੇ ਤੋਂ ਇਲਾਵਾ ਇੱਥੇ ਨਾੜੇ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਹੀ ਹੈ ਉੱਥੇ ਲੈ ਕੇ ਆਵਾਂਗਾ ਇੱਥੇ ਪਾਟਾਂ ਦੇ ਵਿੱਚ ਮਾਵਾ ਫੜਾਵਾਂਗਾ ਤੇ ਅਸੀਂ ਇਤਨਾ ਕੰਮ ਲਾ ਕੇ ਕਰਾਚੀ ਜਾਵਾਂਗਾ ਜਿੱਥੇ ਸਮੁੰਦਰ ਦੇ ਬੰਨੜਗਾ ਤੇ ਉੱਥੇ ਆਪਾਂ ਇਕੱਠੇ ਮਿਲ ਕੇ ਉੱਥੇ ਦਾਵਤ ਹੋਏਗੀ ਉੱਥੇ ਸਮੁੰਦਰ ਦੇ ਕੋਲ ਹੀ ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਵੀ ਨਹੀਂ ਹੋਏਗੀ ਨਾ ਉਹ ਚੀਜ਼ ਤੁਹਾਡੇ ਸਾਹਮਣੇ ਰੱਖਾਂਗਾ ਮਤਲਬ ਵਾਧੂ ਖਾਣਾ ਵਾਧੂ ਖਾਣਾ ਅੱਛਾ ਉਹਨੂੰ ਦੱਸ ਸਿੱਧੂ ਮੂਸੇ ਨੂੰ ਦੱਸ ਕਿ ਤੈਨੂੰ ਪਾਕਿਸਤਾਨ 'ਚ ਬਹੁਤ ਲੋਕ ਲਵ ਕਰਦੇ ਆ ਦੱਸ ਹੁਣ ਲਵ ਜੀ ਮੈਂ ਜਿੰਨਾ ਕਰਦਾ ਵਾ ਉਹਨਾਂ ਤੋਂ ਕੋਈ ਵੀ ਨਹੀਂ ਕਰਦਾ ਦੂਜੇ ਜਿਹੜੇ ਲੋਕ ਨੇ ਧਰਮਿੰਦਰ ਸਿੰਘ ਇੰਡੀਆ ਨੂੰ ਲਾਈਕ ਕਰਦੇ ਨੇ ਪਰ ਜੀ ਮੈਂ ਤੁਹਾਡਾ ਇੰਨਾ ਕੁ ਫੈਨ ਵਾ ਮੇਰਾ ਅੱਧਾ ਦਿਲ ਨਾ ਮੇਰੇ ਮਾਂ ਬਾਪ ਨੇ ਤੇ ਅੱਧਾ ਦਿਲ ਤੁਸੀਂ ਵਾਹ ਅੱਛਾ ਅਗਰ ਸਿੱਧੂ ਮੂਸੇਵਾਲਾ ਪਾਕਿਸਤਾਨ ਨਹੀਂ ਆਇਆ ਫਿਰ ਕੀ ਧਮਕੀ ਉਹਨੂੰ ਧਮਕੀ ਤਾਂ ਕੋਈ ਨਹੀਂ ਜੀ ਉਹ ਮੇਰੇ ਗੁਰੂ ਤੋਂ ਵੀ ਵੱਧ ਕੇ ਨੇ ਪਰ ਮੇਰਾ ਦਿਲ ਇੱਕ ਹੋਰ ਟੁੱਟ ਜਾਏਗਾ ਤੁਹਾਡਾ ਦਿਲ ਆਏ ਹਾਏ ਮਿਲਣਾ ਚਾਹੀਦਾ ਉਹਨੂੰ ਆਉਣਾ ਚਾਹੀਦਾ ਪਾਕਿਸਤਾਨ ਜੇ ਤੇਰੀ ਗੱਲ ਦੇ ਉੱਪਰ ਨਹੀਂ ਨਾ ਆਇਆ ਤੇ ਮੈਂ ਕਿਉਂ ਨਾ ਉਹਨਾਂ ਕੋਲ ਪਹੁੰਚਵਾਂਗਾ ਮੇਰੇ ਕੋਲ ਕਿਹੜਾ ਕੋਈ ਪੈਸਾ ਨਹੀਂ ਹੈ 2,00,000 ਲੱਗਦਾ ਟਿਕਟ ਲਵਾਂਗਾ ਪਹੁੰਚਵਾਂਗਾ ਬਸ ਮੈਨੂੰ ਪਤੇ ਦਾ ਨਹੀਂ ਨਾ ਪਤਾ ਥੋੜੇ ਪੰਜਾਬ ਦੇ ਵਿੱਚੋਂ ਕਿੱਥੇ ਲੱਭਾਂਗਾ ਕਿੱਥੇ ਲੱਭੇਗਾ ਤੇ ਜੇ ਤੈਨੂੰ ਪਤਾ ਲੱਭ ਜਾਵੇ ਫਿਰ ਪਹੁੰਚ ਜਾਏਗਾ ਜੀ ਮੈਂ ਉਹਦੇ ਕੋਲ ਲਿਮੋਜ਼ੀਨ ਦੇ ਵਿੱਚ ਬਹਿ ਕੇ ਜਾਵਾਂਗਾ ਗਾਜੀਆਂ ਬਾਜੀਆਂ ਦੇ ਨਾਲ ਹਾਰ ਪਾਵਾਂਗਾ ਪੈਸਿਆਂ ਦਾ ਹਜ਼ਾਰ ਦਾ $100 ਦਾ $100 ਦਾ ਹਾਰ ਪਾਵਾਂਗਾ ਜੀ ਕੰਟਰੀ ਮੈਨੂੰ ਨਾ ਸਭ ਤੋਂ ਜ਼ਿਆਦਾ ਪਾਕਿਸਤਾਨ ਅੱਛੀ ਲੱਗਦੀ ਹੈ ਕਿਉਂਕਿ ਮੇਰਾ ਮੈਂ ਇੱਥੇ ਪੈਦਾ ਹੋਇਆ ਇੱਥੇ ਖਾਧਾ ਪੀਤਾ ਆਪਣੇ ਲੋਕ ਉੱਥੇ ਬਸ ਇਹ ਵੇਖੋ ਮੈਂ ਮੇਰੇ ਦੋ ਦਿਲ ਨੇ ਵੈਸੇ ਹੈ ਤੇ ਇੱਕੋ ਬੰਦੇ ਦਾ ਇੱਕ ਹੁੰਦਾ ਪਰ ਮੇਰੇ ਦੋ ਨੇ ਇੱਕ ਦੇ ਵਿੱਚ ਮੇਰੇ ਮਾਂ ਬਾਪ ਅਤੇ ਇੱਕ ਦੇ ਵਿੱਚ ਅੱਧਾ ਸਿੱਧੂ ਮੂਸੇਵਾਲਾ ਅਤੇ ਅੱਧਾ ਅਮੈਰੀਕਾ ਅਤੇ ਜਿਹੜਾ ਪਾਕਿਸਤਾਨ ਹੈ ਨਾ ਉਹਦੇ ਲਈ ਦਿਲ ਵੀ ਉਹਦੇ ਲਈ ਆ ਗੁਰਦੇ ਫੇਫੜੇ ਸਾਲੀ ਨਾਲੀ ਸਭ ਅਤੇ ਮੈਂ ਮੈਨੂੰ ਇਹਨਾਂ ਜਾਂ ਜੀ ਉਹਦੇ ਸਿੱਧੂ ਮੂਸੇਵਾਲੇ ਜੀ ਦੇ ਸਟਾਈਲ ਨੇ ਐ ਕਿਉਂ ਇਸਲੀ ਤੰਗ ਇੰਨੀਆਂ ਕਿਤਾਬਾਂ ਦੇ ਦਿੰਦਾ ਸੀ ਨਾ ਅਗਰ ਸਿਲੇਬਸ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਸ਼ਾਮਲ ਕਰ ਦਿੱਤਾ ਜਾਵੇ ਫਿਰ ਠੀਕ ਆ ਜੀ ਫਿਰ ਤੇ ਮੈਂ ਇੰਨਾ ਪੜਾ ਇੰਨਾ ਕੁ ਬਣਾ ਇੰਨਾ ਕੁ ਬਣਾ ਮੇਰੇ ਸਾਰੇ ਆ ਜਿਹੜੀ ਬੋਲਣ ਵਾਲੀ ਨਾਲੀ ਆ ਫੜ ਜਾਵੇ ਅੱਛਾ ਇੰਨਾ ਕੁ ਮੈਂ ਪੜਾ ਜੇ ਸਿੱਧੂ ਮੂਸੇਵਾਲਾ ਵਿੱਚ ਕਿਸਮਤ ਦੇ ਵਿੱਚ ਲਿਖਿਆ ਹੋਇਆ ਉਹ ਤੇ ਬਣ ਜਾਂਦਾ ਲੇਕਿਨ ਮੇਰਾ ਸ਼ੌਕ ਤੇ ਆ ਵੇਖ ਕੇ ਮੈਂ ਨਾ ਵਜ਼ੀਰ ਆਜ਼ਮ ਬਣ ਜਾਏ ਜੇ ਨਾ ਹੋ ਸਕੇ ਤੇ ਜੱਜ ਜੱਜ
छोटी गल कोई नी ਜੇ ਫਿਰ ਵੀ ਨਾ ਬਣਿਆ ਤੇ ਫਿਰ ਸਿੰਗਰ ਤੇ ਤੂੰ ਬਣ ਹੀ ਜਾਏਗਾ। ਨਾ ਨਹੀਂ ਸਿੰਗਰ ਤੇ ਸਭ ਤੋਂ ਛੋਟੀ ਗੱਲ ਤੇ ਹੋਈ ਏ। ਲੋ ਜੀ ਹਮਜ਼ਾ ਨਾਲ ਅਸੀਂ ਗੱਲਬਾਤ ਕੀਤੀ ਔਰ ਇਸ ਉਮਰ ਦੇ ਵਿੱਚ ਇੰਨਾ ਮਚੋਰ ਔਰ ਇਤਨੀਆਂ ਖੂਬਸੂਰਤ ਗੱਲਾਂ ਕਿ ਮੈਂ ਮੈਨੂੰ ਪਰੇਸ਼ਾਨ ਕਰਤਾ ਕਿ ਮੈਂ ਇਹਦੇ ਕੋਲ ਸਵਾਲ ਕੀ ਪੁੱਛਾਂ। ਸੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਪੇਰੈਂਟਸ ਦੇ ਜ਼ਰੀਏ ਵਾਲਦੈਨ ਦੇ ਜ਼ਰੀਏ ਜਿਹੜੇ ਵਾਲਦੈਨ ਆਪਣੇ ਬੱਚਿਆਂ ਦੀ ਤਰਬੀਅਤ ਕਰਦੇ ਨੇ ਉਹ ਇਹਨਾਂ ਬੱਚਿਆਂ ਦੇ ਵਿੱਚ ਨਜ਼ਰ ਆਉਂਦਾ ਹੈ। ਸੋ ਅਸੀਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਅਗਰ ਜੋ ਅਸੀਂ ਵੀਡੀਓਜ਼ ਵੀ ਬਣਾਉਂਦੇ ਹਾਂ ਉਹ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਉਣ ਵਾਲੀ ਪੀੜ੍ਹੀ ਬੱਚੇ ਵੇਖਣ ਅਤੇ ਤੁਹਾਡੇ ਸਾਹਮਣੇ ਹੈ ਕਿ ਇਸ ਬੱਚੇ ਨੂੰ ਇਹਦੇ ਵਾਲਦੈਨ ਨੇ ਬਿਲਾ ਕਿਸੇ ਤਾਸੁਬ ਤੋਂ ਇਹਦਾ ਨਾਮ ਕੇਅਰ ਸਿੰਘ ਰੱਖਿਆ ਸਿਰਫ ਇਸ ਕਰਕੇ ਕਿ ਇਹਦੇ ਵਾਲਦੈਨ ਦੇ ਇਹਦੇ ਪੇਰੈਂਟਸ ਦੇ ਦਾਦਾ ਦਾਦਿਆਂ ਦੇ ਜਿਹੜੇ ਰਿਲੇਸ਼ਨ ਸਨ ਉਹ ਸਿੱਖਾਂ ਨਾਲ ਸੀ। ਬੇਸ਼ੱਕ ਉਹ ਸਿੱਖ ਨਹੀਂ ਰਹੇ, ਬੇਸ਼ੱਕ ਇਹਨਾਂ ਦੇ ਪੇਰੈਂਟਸ ਜਿਹੜੇ ਨੇ ਦਾਦਾ ਜੀ ਨੇ ਜਾਂ ਪਰਦਾਦਾ ਜੀ ਨੇ ਉਹ ਨਹੀਂ ਰਹੇ, ਲੇਕਿਨ ਅੱਜ ਵੀ ਇਹਨਾਂ ਦੇ ਡੈਡੀ ਦਾ ਨਾਮ ਬੜੇ ਹੀ ਖੁਸ਼ ਇਖਲਾਕੀ ਨਾਲ ਇਹਦੇ ਜਿਹੜੇ ਡੈਡੀ ਦਾ ਨਾਮ ਸੀ ਉਹ ਦਿਆਲ ਸਿੰਘ ਰੱਖਿਆ ਗਿਆ ਸੀ, ਹਾਲਾਂਕਿ ਉਹ ਮੁਸਲਿਮ ਘਰਾਣੇ ਦੇ ਵਿੱਚ ਪੈਦਾ ਹੋਏ ਸਨ, ਪਰ ਬੱਚੇ ਦਾ ਨਾਮ ਕੇਅਰ ਸਿੰਘ ਰੱਖਿਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬੱਚੇ ਦੀ ਤਰਬੀਅਤ ਕਿਸ ਅੰਦਾਜ਼ੇ ਨਾਲ ਕੀਤੀ ਗਈ। ਅਗਰ ਇਹੀ ਉਹ ਸਾਂਝਾ ਨੇ, ਅਗਰ ਦੋਵੇਂ ਪਾਸੇ ਅਸੀਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਇਹ ਗੱਲਾਂ ਦੱਸਾਂਗੇ ਤਾਂ ਇਸ ਬੱਚੇ ਵਰਗਾ ਮਾਹੌਲ ਜਿਹੜਾ ਹੈ ਉਹ ਬਾਕੀ ਘਰਾਂ 'ਚ ਵੀ ਹੋਏਗਾ। ਉੱਧਰ ਵਾਲੇ ਬੱਚੇ ਵੀ ਕਹਿਣਗੇ ਕਿ ਅਸੀਂ ਉੱਡ ਕੇ ਜਾਈਏ ਨਨਕਾਣਾ ਸਾਹਿਬ, ਅਸੀਂ ਉੱਡ ਕੇ ਜਾਈਏ ਆਪਣੇ ਪਿੰਡਾਂ ਨੂੰ, ਜਿਸ ਤਰ੍ਹਾਂ ਇਸ ਬੱਚੇ ਦਾ ਸ਼ੌਕ ਹੈ। ਅਤੇ ਇਹਨਾਂ ਬੱਚਿਆਂ ਦੀ ਔਰ ਬਜ਼ੁਰਗਾਂ ਦੀ ਮੁਨਾਸਬਤ ਦੇ ਨਾਲ ਹੀ ਅਸੀਂ ਜਿਹੜੀ ਰੈਲੀਵੈਂਟ ਅਥਾਰਟੀਜ਼ ਨੇ ਉਹਨਾਂ ਨੂੰ ਵੀ ਇਹ ਦੱਸਦੇ ਹਾਂ ਕਿ ਇਹ ਪਿਆਰ ਜਿਹੜਾ ਹੈ ਉਹ ਇਸ ਤਰ੍ਹਾਂ ਹੀ ਰਹੇ ਔਰ ਆਉਣ ਜਾਣ ਦੀ ਜਿਹੜੀ ਇੱਕ ਰਸਤਾ ਹੈ ਉਹਨੂੰ ਹੋਰ ਆਸਾਨ ਕੀਤਾ ਜਾਵੇ।